नमस्कार ओम शांति सतगुरु कर्ता पुरक्ष आज फिर ਤੁਹਾਡਾ ਮੈਂ ਸਵਾਗਤ ਕਰਦੀ ਆ ਸਾਡੇ ਵਰਗੋ ਬੈਠੇ ਆ ਸਾਡੇ ਪਾਈ ਨਿਰਵੀਰ ਪਾਈ ਸਾਹਿਬ ਜਿਹੜੇ ਗਿਆਨ ਚ ਚੱਲਦੇ ਤੇ ਤੁਹਾਡੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਆਏ ਸਵਾਗਤ ਕਰਦੇ ਆ ਸਾਡੇ ਨਿਰਵੀਰ ਪਾਈ ਸਾਹਿਬ ਦਾ ਸਤਿਗੁਰੂ ਕਰਤਾ ਪੁਰਖ ਜੀ ਪਾਈ ਸਾਹਿਬ ਸਤਿਗੁਰੂ ਕਰਤਾ ਪੁਰਖ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਬਹੁਤ ਬਹੁਤ ਧੰਨਵਾਦ ओम शांति ਸਤਰੀ ਕਾ ਪਾਜੀ ਅੱਜ ਮੈਂ ਪ੍ਰਸ਼ਨ ਕਰਨਾ ਚਾਹੁੰਦੀ ਆ ਕਿ ਸਾਡੇ ਜਿਹੜੇ ਪ੍ਰਸ਼ਨ ਆਂਦੇ ਤੁਸੀਂ ਉੱਤਰ ਦਿੰਦੇ ਤੁਹਾਨੂੰ ਕਿੱਦਾਂ ਲੱਗਦਾ ਬਹੁਤ ਸੋਹਣਾ ਅਗਰ ਜਿਹੜੇ ਤੁਹਾਨੂੰ ਪ੍ਰਸ਼ਨ ਭੇਜਦੇ ਨੇ ਲਿਖ ਕਰਕੇ ਜੀ ਉਹਨਾਂ ਨੂੰ ਅਗਰ ਉੱਤਰ ਠੀਕ ਮਿਲਦੇ ਆ ਔਰ ਉਹ ਖੁਸ਼ ਹੈਗੇ ਆ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜੀ ਬਹੁਤ ਕਾਫੀ ਜਿਹੜੇ ਦਰਸ਼ਕ ਹੈ ਉਹਨਾਂ ਦੇ ਜਿਹੜੇ ਪ੍ਰਸ਼ਨ ਆਉਂਦੇ ਸਾਨੂੰ ਤੁਸੀਂ ਉੱਤਰ ਦਿੰਦੇ ਉਹ ਬੋਲਦੇ ਕਿ ਸਾਨੂੰ ਬਹੁਤ ਅੱਛਾ ਲੱਗਦਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਅੱਜ ਸ਼ੁਰੂ ਕਰਦੇ ਆਂ ਪ੍ਰਸ਼ਨਾਂ ਤੇ ਜੀ ਇੱਕ ਮਾਤਾ ਹੈ ਉਹ ਰਹਿੰਦੀ ਹਰਿਆਣਾ ਚ ਪਰ ਹੈ ਉਹ ਹਰਿਆਣਵੀ ਪਰ ਉਹਨੂੰ ਥੋੜਾ ਥੋੜਾ ਪੰਜਾਬੀ ਸਮਝ ਆਂਦੀ ਹੈ ਉਹ ਬੋਲਦੀ ਕਿ ਮੈਂ ਇੱਕ ਗੀਤਾ ਪਾਠਸ਼ਾਲਾ ਬਣਾ ਕੇ ਦੇਣਾ ਚਾਹੰਦੀ ਪਰ ਜਿਹੜਾ ਵੀ ਸਥਾਨ ਮੈਂ ਸੇਵਾ ਵਾਸਤੇ ਦੇਣਾ ਚਾਹੰਦੀ ਉਹ ਮਤਲਬ ਉਹ ਜਗਾ ਸਾਨੂੰ ਮਿਲਦੀ ਨਹੀਂ ਕੋਈ ਵੀ ਜਗਾ ਮੈਂ ਦੇਖਦੀ ਯੋਗ ਲਗਾnde ਸੇਵਾ ਕਰਨੇ ਵਾਸਤੇ ਉਹ ਬੋਲਦੀ ਸਾਡੇ ਯੋਗ ਚ ਕਮੀ ਹੈ ਜਾਂ ਸੇਵਾ ਚ ਕਮੀ ਹੈ ਜਾਂ ਜਿਹੜੀ ਧਰਨੀ ਮੈਂ ਦੇਖਦੀ ਸੇਵਾ ਵਾਸਤੇ ਉਹ ਧਰਨੀ ਦੀ ਕਮੀ ਹੈ ਕਿਆ ਬੋਲ ਸਕਦੇ ਤੁਸੀਂ ਕੋਈ ਕਿਸੇ ਦੀ ਕਮੀ ਨਹੀਂ ਹੈ ਲੇਕਿਨ ਜੋ ਤੁਹਾਡੇ ਮੇਨ ਸੇਵਾ ਕੇਂਦਰ ਦੇ ਜਿਹੜੇ ਇੰਚਾਰਜ ਹੈਗੇ ਆ ਜੋ ਵੀ ਭੈਣ ਉੱਥੇ ਨਿਮਿਤ ਹੈਗੀ ਹੈ ਜਾਂ ਵੱਡੇ ਭਾਈ ਵੀ ਹੈਗੇ ਆ ਉਧਰ ਉਹਨਾਂ ਦੇ ਧਿਆਨ ਚ ਦਿਓ ਤੁਸੀਂ ਉਹਨਾਂ ਨਾਲ ਗੱਲ ਕਰੋ ਔਰ ਉਹ ਫਿਰ ਆਪਣੇ ਜਾਣ ਪਛਾਣ ਦੇ ਨਾਲ ਤੁਹਾਨੂੰ ਉਹ ਲੈ ਕੇ ਦੇ ਦੇਣਗੇ ਹਾਂਜੀ ਜੀ ਭਾਜੀ ਭਾਜੀ ਕਈ ਵੇਲਾ ਅਸੀਂ ਯੋਗ ਚ ਅੱਛੀ ਅੱਛੀ ਟੱਚਿੰਗ ਕਰਦੇ ਲੇਕਿਨ ਇਹ ਬਾਬੇ ਦੇ ਹੀ ਟੱਚਿੰਗ ਹੈ ਸਾਨੂੰ ਕਿੱਦਾਂ ਪਤਾ ਚੱਲੇਗਾ ਆਪਣੇ ਤੋਂ ਜਿਹੜੇ ਵੱਡੇ ਨੇ ਸੀਨੀਅਰ ਹੈਗੇ ਆ ਉਹਨਾਂ ਨੂੰ ਸੁਣਾਈ ਦਈ ਸ਼ੇਅਰ ਕਰੀਦਾ ਉਹਨਾਂ ਦੇ ਨਾਲ ਔਰ ਉਹ ਅਗਰ ਸੁਣ ਤੋਂ ਬਾਅਦ ਤੁਹਾਡੀ ਗੱਲ ਨੂੰ ਸਮਝ ਕਰਕੇ ਔਰ ਕੰਦੇਆ ਕਿ ਹਾਂ ਇਹ ਬਿਲਕੁਲ ਐਕੂਰੇਟ ਹੈ ਬਿਲਕੁਲ ਠੀਕ ਹੈ ਤੇ ਉਥੋਂ ਤੁਹਾਨੂੰ ਆਪਣਾ ਸੈਲਫ ਕੰਫिडेंस ਵਧਦਾ ਜਾਏਗਾ ਫਿਰ ਅੱਗੇ ਚੱਲ ਕਰਕੇ ਇੰਜ ਲੱਗੇਗਾ ਕਿ ਹਾਂ 바ਵਾ ਜੋ ਟੱਚ ਕਰਦਾ ਉਹੀ ਮੈਂ ਉਹਦੇ ਹਿਸਾਬ ਨਾਲ ਹੀ ਸੋਚ ਰਹੀ ਹਾਂ ਜੀ ਤੇ ਅੰਮ੍ਰਿਤ ਵੇਲਾ ਜਿਹੜਾ ਅਸੀਂ ਕਰਦੇ ਅੰਮ੍ਰਿਤ ਵੇਲਾ ਕਰਨੇ ਦੇ ਬਾਅਦ ਉਹ ਬੋਲਦੇ ਕਿ ਅਸੀਂ ਥੋੜੀ ਬਹੁਤ ਰੈਸਟ ਲੈਣਾ ਚਾਹੁੰਦੇ ਤੇ ਬੋਲੇ ਲਓ ਤੇ ਰੈਸਟ ਲੈਣੇ ਦੇ ਬਾਅਦ ਸਾਨੂੰ ਜਿਹੜੇ ਸੁਪਨੇ ਆਉਂਦੇ ਉਹ ਬਹੁਤ ਗਲਤ ਤਰ੍ਹਾਂ ਦੇ ਸੁਪਨੇ ਹੁੰਦੇ ਤਾਂ ਅਸੀਂ ਇਹਨਾਂ ਸੁਪਨਿਆਂ ਦੇ ਕਿੱਦਾਂ ਦੂਰ ਜਾਏ ਇਹ ਰੈਸਟ ਨਹੀਂ ਕਰੀਏ ਕਿਆ ਬੋਲ ਸਕਦੇ ਨਹੀਂ ਇਹ ਸੁਪਨੇ ਜਿਹੜੇ ਗਲਤ ਹੁੰਦੇ ਆ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਅਜੇ ਸਾਡੇ ਜਿਹੜੇ ਪੁਰਾਣੇ ਜਿਹੜੇ ਸੰਸਕਾਰ ਹੈਗੇ ਪਾਸਟ ਦੇ ਉਹ ਅਜੇ ਤਾਈਂ ਮਿਟੇ ਨਹੀਂ ਹੈ ਨਹੀਂ ਤੇ ਤੁਹਾਨੂੰ ਸ਼ ਬਾਬਾ ਦੀ ਨਿਰੰਤਰ ਯਾਦ ਰਹੇ ਔਰ ਮੁਰਲੀ ਦਾ ਥੋੜਾ ਜਿਆਦਾ ਤੁਹਾਨੂੰ ਖਿਆਲ ਰਹੇ ਤੇ ਫੇਰ ਤੁਹਾਨੂੰ ਇਹੋ ਜੇ ਸੁਪਨ ਨਹੀਂ ਆਉਣਗੇ ਤੇ ਮੇਰੀ ਇੱਕ ਛੋਟੀ ਜੀ ਰਾਏ ਹੈ ਪਹਿਲੇ ਤੁਸੀਂ ਮੈਡੀਟੇਸ਼ਨ ਕਰੋ ਬਾਬਾ ਨੂੰ ਯਾਦ ਕਰੋ ਔਰ ਉਸ ਤੋਂ ਬਾਅਦ ਭਾਵੇਂ ਥੋੜਾ ਜਿਹਾ ਅੱਧੀ ਮੁਰਲੀ ਵੀ ਪੜ੍ਹ ਕਰਕੇ ਫਿਰ ਭਾਵੇਂ ਰੈਸਟ ਕਰੋ ਫਿਰ ਤੁਹਾਨੂੰ ਕੋਈ ਇਹੋ ਜਿਹਾ ਸੁਪਨ ਨਹੀਂ ਆਉਣਗੇ ਤਾਂ ਬੋਲਦੇ ਕਿ ਅਸੀਂ ਜਿਹੜੇ ਯੋਗ ਕਰਦੇ ਯੋਗ ਸੋ ਜਦ ਦ੍ਰਿਸ਼ਟੀ ਲੈਂਦੇ ਦ੍ਰਿਸ਼ਟੀ ਲੈਣ ਵੇਲੇ ਅਸੀਂ ਕੀ ਗੱਲ ਕਰੀਏ ਕੋਈ ਗੱਲ ਨਹੀਂ ਕਰਨੀ ਦ੍ਰਿਸ਼ਟੀ ਲੈਂਦੇ ਆ ਵਾਈਬ੍ਰੇਸ਼ਨ ਵਾਸਤੇ ਸ਼ਿਵ ਬਾਬਾ ਦੀ ਸ਼ਕਤੀ ਦੇ ਵਾਈਬ੍ਰੇਸ਼ਨ ਜਿਹੜੇ ਆ ਉਹ ਨਿਮਿਤ ਕੋਈ ਵੀ ਜੋ ਟੀਚਰ ਸਾਹਮਣੇ ਹੁੰਦੇ ਆ ਜਾਂ ਕੋਈ ਹੋਰ ਭੈਣ ਭਾਈ ਹੁੰਦੇ ਆ ਉਹਨਾਂ ਦੇ ਜ਼ਰੀਏ ਜਦੋਂ ਤੁਹਾਨੂੰ ਦ੍ਰਿਸ਼ਟੀ ਮਿਲਦੀ ਹੈ ਤੇ ਉਹ ਤੁਸੀਂ ਇਹੀ ਸੋਚੋ ਉਸ ਵੇਲੇ ਕਿ ਮੈਨੂੰ ਸ਼ਿਵ ਬਾਬਾ ਦੀ ਤਰਫੋਂ ਇਹ ਦ੍ਰਿਸ਼ਟੀ ਮਿਲ ਰਹੀ ਹੈ ਇਹ ਨਾ ਸੋਚੇ ਭੈਣ ਬੈਠੀ ਆ ਤੇ ਇਹਨਾਂ ਦੀ ਦ੍ਰਿਸ਼ਟੀ ਲੈ ਰਹੀ ਆ ਜਾਂ ਭਾਈ ਬੈਠੇ ਤੇ ਇਹਨਾਂ ਦੀ ਦ੍ਰਿਸ਼ਟੀ ਲੈ ਰਹੇ ਇਹ ਨਹੀਂ ਦ੍ਰਿਸ਼ਟੀ ਨਿਮਿਤ ਉਹਨਾਂ ਦੀਆਂ ਅੱਖਾਂ ਹੈਗੀਆਂ ਪਰ ਦ੍ਰਿਸ਼ਟੀ ਦੇਣ ਵਾਲਾ ਜਿਹੜਾ ਉਹ স্বয়ং ਪਰਮ ਪਿਤਾ ਪਰਮਾਤਮਾ ਹੈ ਇਹ ਦ੍ਰਿਸ਼ਟੀ ਦਾ ਅਰਥ ਕੀ ਹੁੰਦਾ ਦ੍ਰਿਸ਼ਟੀ ਦਾ ਅਰਥ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਸ਼ਿਵਾਵਾ ਦੀ ਯਾਦ ਚ ਮਨ ਟਿਕਾਉਂਦੇ ਹੋ ਤੇ ਤੁਹਾਡਾ ਮਨ ਟਿਕਿਆ ਹੋਇਆ ਜਦੋਂ ਦੂਸਰੇ ਨੂੰ ਵੀ ਇਹ ਥੋੜਾ ਜਿਆ ਉਸ ਸਿਮਰਤੀ ਚ ਰਹਿ ਕਰਕੇ ਔਰ ਸ਼ੁਭ ਭਾਵਨਾ ਦੇ ਨਾਲ ਉਹਨਾਂ ਦੀ ਤਰਫ ਦੇਖਣਗੇ ਉਹ ਤੇ ਉਹਨਾਂ ਦਾ ਵੀ ਮਨ ਸ਼ਾਂਤ ਹੋ ਜਾਏਗਾ ਉਹਨਾਂ ਦਾ ਮਨ ਵੀ ਬੜਾ ਸੁਖ ਦਾ ਮਿਸ ਇੱਕ ਸੁਖ ਦੀ ਮਹਿਸੂਸਤਾ ਕਰਨਗੇ ਤੇ ਇੱਕ ਅੱਜ ਦਾ ਨਹੀਂ ਸਦੀਆਂ ਤੋਂ ਇਹ ਤਰੀਕਾ ਹੈਗਾ ਹੀ ਕਿ ਦ੍ਰਿਸ਼ਟੀ ਦੇ ذریعے ਆਪਣੀ એનર્ਜੀ ਜਿਹੜੀ ਹੈ ਜਾਂ ਆਪਣੀ ਜਿਹੜੀ ਅੰਦਰ ਦੀ ਭਾਵਨਾ ਹੈਗੀ ਆ ਉਹ ਦੂਸਰਿਆਂ ਦੀ ਤਰਫ ਪਾਸ ਆਨ ਕਰੀ ਦਈਏ ਕ ਤੁਸੀਂ ਦੇਖਦੇ ਹੋ ਅਗਰ ਕਿਸੇ ਨੂੰ ਬਹੁਤ ਗੁੱਸਾ ਹੁੰਦਾ ਹੀ ਤਾਂ ਉਹਨਾਂ ਦੀ ਦ੍ਰਿਸ਼ਟੀ ਤੁਸੀਂ ਸਹਿਣ ਨਹੀਂ ਕਰ ਸਕਦੇ ਔਰ ਜੋ ਤੁਹਾਨੂੰ ਪਿਆਰ ਨਾਲ ਦੇਖਣਗੇ ਇਹ ਉਹਨਾਂ ਦੀ ਤਰਫ ਦੇਖ ਕਰਕੇ ਤੁਹਾਨੂੰ ਖੁਸ਼ੀ ਹੋਏਗੀ ਇਸ ਕਰਕੇ ਦ੍ਰਿਸ਼ਟੀ ਦਾ ਬੜਾ ਮਹੱਤਵ ਹੈਗਾ ਈ ਕਿਉਂਕਿ ਜਦੋਂ ਦ੍ਰਿਸ਼ਟੀ ਲੈਂਦੇ ਆਂ ਤੇ ਬੜਾ ਸਾਨੂੰ ਸਹਿਯੋਗ ਮਿਲਦਾ ਈ ਕਿ ਅਸੀਂ ਫਟ ਆਤਮ ਸਵਰੂਪ ਚ ਸਥਿਤ ਹੋ ਜਾਈਏ ਔਰ ਸ਼ਿਵ बाबा ਦੇ ਨਾਲ ਮਨ ਲੱਗ ਜਾ ਸਟਾ ਜੀ ਪਾਜੀ ਪਾਜੀ ਮੁੱਲੀ ਚ ਆਂਦਾ ਕਿ ਭਾਰਤ ਹੀ ਪਤਿਤ ਤੇ ਨਾਲੇ ਭਾਰਤ ਹੀ ਪਾਵਨ ਬਾਕੀ ਸਭ ਹੈ ਬਾਈਪਲੋਟ ਇਹ ਬਾਈਪਲੋਟ ਕੀ ਹੁੰਦਾ ਜਦੋਂ ਕੋਈ ਡਰਾਮਾ ਬਣਦਾ ਹੈ ਤੇ ਡਰਾਮਾ ਚ ਜਾਂ ਫਿਲਮ ਚ ਸ਼ੁਰੂ ਤੋਂ ਲੈ ਕੇ ਕਰਕੇ ਜਿਹੜਾ ਸਬਜੈਕਟ ਹੁੰਦਾ ਜਾਂ ਜਿਹੜੇ ਉਹਦੇ ਹੀਰੋ ਹੀਰੋਇਨ ਹੁੰਦੇ ਸਾਰਾ ਫੋਕਸ ਉਹਦੇ ਤੇ ਹੁੰਦਾ ਹੈ ਉਹਦੇ ਵਿੱਚ ਦੇਖਣਗੇ ਉਹ ਬਾਈਪਲots ਜਿਹੜੇ ਆ ਕੋਈ ਨਾ ਕੋਈ ਸੀਨ ਇਹ ਹੋ ਜੇ ਹੁੰਦੇ ਜਿਹਦੇ ਚ ਕੋਈ ਹੋਰ ਦੂਸਰੇ ਆ ਕਰਕੇ ਕੋਈ ਡਾਂਸ ਕਰਕੇ ਚਲ ਜਾਂਦੇ ਆ ਕੋਈ ਆਪਸ ਚ ਕੋਈ ਗੱਲਾਂ ਕਰਕੇ ਚਲ ਜਾਂਦੇ ਆ ਕੋਈ ਡਾਇਲੋਗ ਕਰਕੇ ਚਲ ਜਾਂਦੇ ਆ ਉਹਨੂੰ ਬਾਈ ਪਲots ਕਿਹਾ ਜਾਂਦਾ ਈ ਤੇ ਭਾਰਤ ਜੋਸ਼ ਸ਼ਿਵ巴巴 ਨੇ ਬ੍ਰਹਮਾ巴巴 ਦੇ ਜ਼ਰੀਏ ਸਾਨੂੰ ਗਿਆਨ ਦਿੱਤਾ ਈ ਤੇ ਸ਼ਿਵ巴巴 ਨੇ ਕਿਹਾ ਭਾਰਤ अविनाशी खंड भारत शिव बाबा दी अवतरण भूमि है भारत बहुत उच्च अहोज स्थान जिन्नू कहिए कि जिथे देवता बसदे बस सी सत्य उतरेतच देवतां दा राज सी ते देव भूमि कहलौंदी है और इस करके भारत सब तो उच्च ਔਰ ਫਿਰ ਧੀਰੇ ਧੀਰੇ ਜੋ ਵੀ ਕਾਰਨ ਬਣੇ ਹੈਗੇ ਉਹਨਾਂ 'ਚ ਮੈਂ ਨਹੀਂ ਜਾਣਾ ਚਾਹੁੰਦਾ ਲੇਕਿਨ ਭਾਰਤ ਆਹستہ ਆਹستہ ਗਰੀਬੀ ਚ ਆ ਜਾਂਦਾ ਈ ਔਰ ਗਰੀਬੀ ਦੇ ਕਾਰਨ ਤੁਸੀਂ ਦੇਖਦੇ ਹੋ ਫਿਰ ਮਹਤਾਜੀ ਹੋ ਜਾਂਦੀ ਹੈ ਬਿਮਾਰੀਆਂ ਆ ਜਾਂਦੀਆਂ ਔਰ ਕਾਫੀ ਸਵਰੂਪ ਹੀ ਬਦਲ ਜਾਂਦਾ ਈ ਤੇ ਉਹ ਜਿਹੜੀ ਸ਼ੁਰੂਆਤ ਜਿਹੜੀ ਸੀ ਉਹ ਫਿਰ ਸਿਰਫ ਯਾਦਾਸਤ ਬਣ ਜਾਂਦੀ ਹੈ ਇਹ ਆ ਦੇਵੀ ਦੇਵਤਿਆਂ ਦੀ ਅਸੀਂ ਪੂਜਾ ਪਾਠ ਕਰਦੇ ਰਹਿੰਨੇ ਆ ਲੇਕਿਨ ਹੁਣ ਮੌਕਾ ਹੈਗਾ ਹੀ ਕਿ ਫਿਰ ਅਸੀਂ ਖੁਦ ਵੀ ਮਨੁਸਤੋ ਦੇਵਤਾ ਬਣੀਏ ਔਰ ਭਾਰਤ ਨੂੰ ਵੀ ਫਿਰ ਸਵਰਗ ਬਣਾਉਣ ਚ ਆਪਣਾ ਤਨ ਮਨ ધਨ ਨਾਲ ਸਹਿਯੋਗ ਦੇਈਏ ਤੇ ਇਹਦਾ ਕੋਈ ਵਰਨਾ ਦੇ ਵਰਣਨ ਜਿਹੇ ਹੁੰਦੇ ਕੋਈ ਕਨੈਕਸ਼ਨ ਨਹੀਂ ਹੈ ਤਾਂ ਇਹਦਾ ਕੀ ਮਰਥ ਅਰਥ ਹੋਇਆ ਫਿਰ ਵਰਣ ਜਿਹੜੇ ਹੈ ਦੇਖੋ ਸਤਿਯੁਗ ਤ੍ਰੇਤਾਜ ਤੇ ਕੋਈ ਵਰਣ ਨਹੀਂ ਜੀ ਕਿਉਂਕਿ ਸਭ ਸਮਾਨ ਹੈਗੇ ਆ ਦੁਆਪੁਰ ਤੋਂ ਲੈ ਕਰਕੇ ਵਰਣ ਸ਼ੁਰੂ ਹੁੰਦੇ ਆ ਜੀ ਔਰ ਉਹਦੇ ਚ ਬ੍ਰਾਹਮਣ क्षत्रिय ਵੈਸ਼ শূਦਰ ਔਰ ਹਰ ਇੱਕ ਦਾ ਆਪਣਾ ਆਪਣਾ ਕੰਮ ਕਾਰਜ ਖੁਸ਼ੀ ਨਾਲ ਆਪਣਾ ਆਪਣਾ ਕਾਰਜ ਕਰਦੇ ਨੇ ਇਸ ਕਰਕੇ ਉਹ ਵਰਨਾ ਨੂੰ ਵੀ ਲੋਕ ਸਹਿਜ ਸਵੀਕਾਰ ਕਰਦੇ ਆ ਕੋਈ ਇਹੋ ਜੀ ਗੱਲ ਨਹੀਂ ਹੈ ਕੋਈ ਵਰਨਾ ਦੀ ਆਪਸ ਵਿੱਚ ਕੋਈ ਲੜਾਈ ਝਗੜਾ ਨਹੀਂ ਹੈ ਕੁਝ ਨਹੀਂ ਹੈ ਹੂੰ ਤੇ ਜੋ ਚੀਜ਼ ਹੈ ਪ੍ਰੈਕਟੀਕਲ ਉਹਨੂੰ ਸਵੀਕਾਰ ਕਰਦੇ ਆ ਜੀ ਪਰ ਇੱਕ ਇਹ ਜੋ ਹੀ ਇੱਕ ਕੁਐਸਚਨ ਇਹ ਹੁੰਦਾ ਕੀ ਤੁਸੀਂ ਤੁਸੀਂ ਹਾਲੇ ਸਤਿਯੁਗ ਦੇਵੀ ਦੇਵਤਾ ਦੀ ਗੱਲ ਕੀਤੀ ਇਸ ਵੇਲੇ ਜਿਹੜਾ ਅਸੀਂ ਬ੍ਰਾਹਮਣ ਬਣੇ ਵੇ ਤਾਂ ਅਸੀਂ ਬ੍ਰਾਹਮਣ ਬਣ ਕੇ 바ਬਾ ਨੂੰ ਯਾਦ ਕਰੀਏ ਜਾਂ ਫਿਰ ਸਤਿਯੁਗ ਚ ਮਤਲਬ ਅਸੀਂ ਦੇਵੀ ਦੇਵਤਾ ਬਣਨਾ ਉਹ ਸਮਝ ਕੇ ਇਸ ਵੇਲੇ ਤੇ ਅਸੀਂ ਬ੍ਰਹਮਾ ਬਾਬਾ ਦੇ ਬੱਚੇ ਹੈਗੇ ਨਾ ਜੀ ਬ੍ਰਾਹਮਣ ਮਨਾਉ ਜਿਹੜੇ ਬ੍ਰਹਮਾ ਬਾਬਾ ਨੂੰ ਆਪਣਾ ਪਰਮ ਆਪਣਾ ਪਿਤਾ ਮੰਨਦੇ ਅਲੌਕਿਕ ਪਿਤਾ ਜੀ ਔਰ ਪਰਮਾਤਮਾ ਸ਼ਿਵ ਨੂੰ ਸ਼ਿਵ ਪਰਮਾਤਮਾ ਨੂੰ ਆਪਣਾ ਪਰਮ ਪਿਤਾ ਮੰਨਦੇ ਆ ਤੇ ਬ੍ਰਾਹਮਣਾ ਨੂੰ ਜਿਸ ਤਰ੍ਹਾਂ ਜਦੋਂ ਵਰਨਾ ਦਾ ਚਿੱਤਰ ਬੰਦ ਆਈ ਤੇ ਬ੍ਰਾਹਮਣਾ ਨੂੰ ਚੋਟੀ ਦਿਖਾਉਂਦੇ ਆ ਤੇ ਚੋਟੀ ਦਾ ਮਤਲਬ ਹੀ ਹੈ ਕਿ ਪ੍ਰਸ਼ੂਤਮ ਸੰਗਮ ਯੁਗਤੇ ਜਦੋਂ ਪਰਮਾਤਮਾ ਸਵੈਮ ਇਸ ਧਰਾਤੇ ਆਉਂਦੇ ਨੇ ਔਰ ਬ੍ਰਹਮਾ ਬਾਬਾ ਦੇ ਜ਼ਰੀਏ ਗਿਆਨ ਦੇ ਕਰਕੇ ਬੱਚਿਆਂ ਦੀ ਜੀਵਨ ਚੇਂਜ ਕਰਦੇ ਆ ਜਿਹੜਾ ਪਹਿਲੇ ਜਿਹੜੀ শূਦਰ ਸਮਾਨ ਜੀਵਨ ਸੀ ਉਹਨੂੰ ਪਰਿਵਰਤਨ ਕਰਕੇ ਇੱਕਦਮ ਪਵਿੱਤਰ ਜੀਵਨ ਬਣਾ ਦਿੰਦੇ ਆ ਪਾਵਨ ਬਣਾ ਦਿੰਦੇ ਆ ਇਸ ਕਰਕੇ ਉਹਨੂੰ ਬ੍ਰਾਹਮਣ ਕਿਹਾ ਜਾਂਦਾ ਹੈ ਤੇ ਬਾਬਾ ਬੋਲਦੇ ਕੀ ਲਾਸਟ ਸੋ ਫਾਸਟ ਫਾਸਟ ਸੋ ਫਾਸਟ ਕਸੇ ਫਰਸਟ ਕਿਦਾਂ ਆ ਸਕਦਾ ਕਿਉਂਕਿ ਇਹ ਤਾਂ ਡਿਸਾਈਡ ਹੀ ਹੈ ਕਿ ਲక్ష్ਮੀ ਨਾਰਾਇਣ ਦਾ ਬ੍ਰਹਮਾ बाबा ਜਾਂ ਫਿਰ ਮੰਮਾ ਜਾਂ ਫਿਕਸ ਹੈ ਜਾਂ ਨਹੀਂ ਹੈ ਗੱਲ ਇਹ ਹੈ ਕਿ ਸਿਰਫ ਦੋ ਹੀ ਫਿਕਸ ਹੈਗੇ ਐਸ ਤਰ੍ਹਾਂ ਤੇ ਨਹੀਂ ਹੈ ਜੀ ਉਹਨਾਂ ਦਾ ਪਰਿਵਾਰ ਵੀ ਹੈਗਾ ਹੀ ਉਹਨਾਂ ਦਾ ਸਮਾਜ ਵੀ ਹੈਗਾ ਹੀ ਸਭ ਕੁਝ ਹੈ ਤੇ ਇਸ ਕਰਕੇ ਮੈਂ ਤੇ ਇਸ ਗੱਲ ਨੂੰ ਬੜੇ ਸਹਿਜਤਾ ਨਾਲ ਸਮਝਦਾ ਹਾਂ कि हरेक आत्मा ਜਦੋਂ પુરਸ਼ਾਰਥ ਕਰਦੀ ਔਰ ਆਪਣੇ ਸਤੋਪਰਧਾਨ ਸਥਿਤੀ ਚ ਪਹੁੰਚ ਜਾਂਦੀ ਹੈ ਤੇ ਉਹ ਉਹ ਜਿੱਥੇ ਵੀ ਹੋਣਗੇ ਉਹ શ્રી ਨਾਰਾਇਣ ਦੀ ਤਰ੍ਹਾਂ ਹੋਣਗੇ। શ્રી ਲక్ష్ਮੀ ਦੀ ਤਰ੍ਹਾਂ ਹੋਣਗੇ, શ્રી ਰਾਦੇ ਕ੍ਰਿਸ਼ਨ ਦੀ ਤਰ੍ਹਾਂ ਹੋਣਗੇ। ਇਸ ਕਰਕੇ ਹੋਰ ਗੱਲਾਂ 'ਚ ਨਾ ਜਾ ਕਰਕੇ ਇतना ਹੀ ਸੋਚिए ਕਿ ਅਸੀਂ ਆਪਣੇ ਆਪ ਨੂੰ ਜਿਤਨਾ ਉਚਾਈ ਚ ਲੈ ਜਾ ਸਕਦੇ ਹਾਂ ਬਾਬਾ ਦੀ ਯਾਦ ਨਾਲ ਬਾਬਾ ਦੇ ਗਿਆਨ ਨਾਲ ਦੇਵੀ ਗੁਣਾ ਦੀ ਧਾਰਨਾ ਨਾਲ ਤੇ ਉਤਨਾ ਹੀ ਸਾਡਾ ਭਵਿੱਖ ਵੀ ਪਦ ਉੱਚਾ ਹੋਏਗਾ ਔਰ ਐਸੇ ਵੇਲੇ ਵੀ ਸਾਡਾ ਆਪਣਾ ਮਨੋਬਲ ਬੜਾ ਉੱਚਾ ਰਹਿੰਦਾ ਹੈ ਇਹ ਜਿਹੜਾ ਬੋਲਦੇ ਕਿ ਸਤਿਯੁਕ ਚ ਸਿਰਫ 9 ਲੱਖ ਸੰਖਿਆ ਹੋ ਸਕਦੀ ਤਾਂ ਇਸ ਵਕਤ ਤਾਂ ਭਾਰਤ ਦੀ ਬਹੁਤ ਕਰੋੜੋਂ ਮਤਲਬ ਕਰੋੜੋਂ ਤੇ ਵੀ ਅੱਗੇ ਤੇ ਕੀ ਜਿਹੜੇ ਗਿਆਨ ਨਹੀਂ ਸੁਣਦੇ ਆ ਸਤ ਦਿਨ ਦਾ ਕੋਰਸ ਨਹੀਂ ਕਰਦੇ ਕੀ ਉਹ ਸਤਿਯੁਕ ਚ ਨਹੀਂ ਆ ਸਕਦੇ ਕੁਝ ਐਸੀ ਵੀ ਲੋਕ ਹੈਗੇ ਆ ਜਿਹੜੇ ਰੋਜ਼ ਗਿਆਨ ਨਹੀਂ ਸੁਣਦੇ ਆ ਲੇਕਿਨ ਉਹਨਾਂ ਨੇ ਕਦੀ ਨਾ ਕਦੀ ਤੇ ਗਿਆਨ ਸੁਣਿਆ ਹੀ ਹੈ ਤੇ ਬਾਬਾ ਕਹਿੰਦੇ ਨੇ ਕਿ ਗਿਆਨ ਤੇ ਅਵਿਨਾਸ਼ੀ ਹੈ ਇੱਕ ਵਾਰ ਵੀ ਅਗਰ ਗਿਆਨ ਸੁਣ ਕਰਕੇ ਔਰ ਸਮਝ ਲਿਆ ਕਿ ਸਾਡਾ ਪਿਤਾ ਪਰਮਾਤਮਾ ਕੌਣ ਹੈ ਔਰ ਉਹਨਾਂ ਕੋਲੋਂ ਸਾਨੂੰ ਵਰਸਾ ਮਿਲਦਾ ਹੀ ਤੇ ਭਾਵੇਂ ਇੱਕ ਦਿਨ ਹੀ ਗਿਆਨ ਲਿਆਈ ਤਾਂ ਵੀ ਉਹ ਸਤਿਯੁਗ ਚ ਆਉਣ ਦੇ ਯੋਗ ਬਣ ਜਾਂਦੇ ਆ ਪਰ ਗੱਲ ਇਹ ਹੈ ਕਿ ਹੁਣ ਇੱਕ ਦਿਨ ਦੀ ਪੜ੍ਹਾਈ ਨਾਲ ਰਾਜਾ ਤਾਂ ਨਹੀਂ ਬਣ ਸਕਦੇ ਉਹ ਫਿਰ ਤੁਸੀਂ ਸੋਚ ਸਕਦੇ ਹੋ ਕਿ ਥੋੜਾ ਨੌਕਰ ਚਾਕਰ ਵੀ ਤੇ ਚਾਹੀਦੇ ਆ ਨਾ ਤੇ ਉਸ ਕੈਟਾਗਰੀ ਚ ਆ ਜਰ ਕੇ ਜੀ ਤੇ ਭਗਤੀ ਮਾਰਗ ਦੇ ਜਿਹੜੇ ਬਹੁਤ ਕਠਿਨ ਤੇ ਕਠਿਨ ਤਪੱਸਿਆ ਕਰਦੇ ਮਤਲਬ ਜਪ ਤਪ ਯੱਗ ਬਹੁਤ ਜ਼ਿਆਦਾ ਕੀ ਉਹਨਾਂ ਨੂੰ ਇਸ ਗਿਆਨ ਮਾਰਗ ਦਾ ਪਤਾ ਨਹੀਂ ਹੋਣਾ ਨਹੀਂ ਉਹ ਤੇ ਬ੍ਰਹਮਾ ਕੁਮਾਰੀ ਭੈਣਾਂ ਜਿਹੜੀਆਂ ਤੁਹਾਡੇ ਵਰਗੀਆਂ ਉਹ ਜਾ ਕਰਕੇ ਉਹਨਾਂ ਨੂੰ ਵੀ ਗਿਆਨ ਦਿੰਦੀਆਂ ਈਆਂ ਔਰ ਕਈ ਇਹੋ ਜਿਹੇ ਸੰਤ ਮਹਾਤਮਾ ਹੈਗੇ ਆ ਜਿਹੜੇ ਇਸ ਚੀਜ਼ ਨੂੰ ਸਮਝ ਕਰਕੇ ਸਵੀਕਾਰ ਕਰਦੇ ਨੇ ਆਪਣੇ ਸੋਚ ਵਿਚਾਰ ਚੋਲੇ ਲੈ ਆਉਂਦੇ ਨੇ ਔਰ ਕੋਈ ਕੋਈ ਤੇ ਫਿਰ 바ਵਾ ਦੇ ਪ੍ਰੋਗਰਾਮ ਵਗੈਰਾ ਚ ਵੀ ਆਉਂਦੇ ਨੇ ਤੇ ਇਸ ਕਰਕੇ ਉਹ ਵੀ ਲਾਭ ਲੈਂਦੇ ਨੇ ਜਿਹੜੇ ਸੁਣਨੇ ਨੂੰ ਤਿਆਰ ਹੀ ਨਹੀਂ ਉਹਨਾਂ ਨੂੰ ਕਿਦਾਂ ਅਸੀਂ ਵਾਈਬ੍ਰੇਸ਼ਨ ਦੇਈਏ ਜਿਹੜੇ ਸੁਣਨ ਸੁਣ ਵਾਸਤੇ ਜਿਹਨਾਂ ਨੂੰ ਮੰਨ ਨਹੀਂ ਹੈਗਾ ਹੀ ਜ਼ਬਰਦਸਤੀ ਨਹੀਂ ਕਰੀ ਦੀਆ ਉਹਨਾਂ ਦਾ ਜੋ 파ਟ ਹੋਏਗਾ ਫਿਰ ਉਸ ਵੇਲੇ ਆਉਣਗੇ ਇਤਨਾ ਜ਼ਿਆਦਾ ਫਿਕਰ ਸ ਨਾ ਹੋ ਤੁਸੀਂ ਤੁਹਾਡਾ ਕੰਮ ਸੰਦੇਸ਼ ਦੇਣਾ ਜੀ ਸਵੀਕਾਰ ਕਰਨ ਨਾ ਕਰਨ ਉਹਨਾਂ ਦੀ ਮਰਜ਼ੀ ਹੈ ਜੀ ਜੀ ਪਾਜੀ ਅਗਲਾ ਪ੍ਰਸ਼ਨ ਹੈ ਸਾਡਾ ਇਹ ਮੁੰਡਾ ਹੈ ਕੋਈ ਜਿਹੜਾ ਹੋਸਟਲ 'ਚ ਪਰਦਾ ਉਹ ਬੋਲਦਾ ਕਿ ਮੈਨੂੰ ਖਾਣ ਪੀਣ ਦੀ ਬਹੁਤ ਦਿੱਕਤ ਆਉਂਦੀ ਹੈ ਐਸੀ ਬਹੁਤ ਚੀਜ਼ਾਂ ਹੈ ਜਿਹੜੀ ਡਬਲ ਰੋਟੀ ਜੈਮ ਆਦੀ ਖਾ ਸਕਦੇ ਅਸੀਂ ਜਿੱਦਾਂ ਬਾਬਾ ਦੇ ਮੁਰਲੀ ਦੇ ਮਹਾਵਾਕਿਆ ਮੈਂ ਸੁਣਦਾ ਕਈ ਵੇਲਾ ਬਾਬਾ ਬੋਲਦੇ ਕਿ ਮਸ਼ੀਨ ਮੇਂ ਜਿੱਦਾਂ ਚਿਪਸ ਬ੍ਰੈਡ ਇਹ ਸਭ ਅਸੀਂ ਨਹੀਂ ਖਾ ਸਕਦੇ ਪਰ ਮੇਰੀ ਮਜਬੂਰੀ ਹੈ ਮੈਂ ਕੀ ਕਰਾਂ ਨਹੀਂ ਨਹੀਂ ਇਹ ਜੋ ਕੁਝ ਤੁਸੀਂ ਦੱਸਿਆ ਹੀ ਬ੍ਰੈਡ ਹੈ ਜੈਮ ਹੈ ਬ੍ਰੈਡ ਦੇ ਉੱਪਰ ਮੱਖਣ ਲਗਾ ਕਰਕੇ ਔਰ ਦੂਸਰੀ ਵੀ ਚੀਜ਼ਾਂ ਹੈਗੀਆਂ ਜਿਹੜੀਆਂ ਤਲੀ ਹੋਈ ਕੋਈ ਵੀ ਹੈਗੀ ਹੈ ਉਹ ਕਿਸੇ ਨੇ ਉਹਨੂੰ ਕੋਈ ਹੋਰ ਕੁਝ ਕੀਤਾ ਥੋੜਾ ਹੀ ਅਗਰ ਤੁਹਾਨੂੰ ਉਹਦੀ ਜ਼ਰੂਰਤ ਹੈ ਤੁਸੀਂ ਖਾ ਸਕਦੇ ਹੋ ਅਗਰ ਤੁਸੀਂ ਖੁਦ ਬਣਾ ਸਕਦੇ ਹੋ ਆਪਣਾ ਭੋਜਨ ਉਹ ਦੇਖੋ ਬਣਾ ਕਰਕੇ ਕੀ ਮਜ਼ਾ ਹੁੰਦਾ ਹੈ ਸ਼ਬਾਵਾ ਦੀ ਯਾਚ ਬਣਾਉਣਗੇ ਉਹ ਫਿਰ ਭੋਗ ਲਗਾ ਕੇ ਖਾਣਗੇ ਉਹ ਤੇ ਇਤਨਾ ਤੁਹਾਨੂੰ ਉਹ ਸੁਆਦਿਸ਼ਟ ਲੱਗੇਗਾ ਕਈ ਆਰਤੇ ਤੁਹਾਡੇ ਯਾਰ ਦੋਸਤ ਵੀ ਆ ਕਰਕੇ ਕਹਿਣਗੇ ਸਾਨੂੰ ਵੀ ਹੋਈ ਤੁਸੀਂ ਜਿਹੜਾ ਭੋਜਨ ਬਣਾਉਂਦੇ ਹੋ ਅੱਜ ਅਸੀਂ ਤੁਹਾਡੇ ਕੋਲ ਹੀ ਖਾਵਾਂਗੇ ਉਹ ਵੀ ਹੁੰਦਾ ਹੀ ਤੇ ਉਹਨਾਂ ਦੀ ਸੇਵਾ ਦੇ ਖਿਆਲ ਨਾਲ ਕਦੀ ਉਹਨਾਂ ਨੂੰ ਖਿਲਾ ਸਕਦੇ ਲੇਕਿਨ ਕਾਇਦੇ ਨਾਲ ਜਦੋਂ ਅਸੀਂ ਭੋਜਨ ਕਰਦੇ ਆ ਤੇ ਪਹਿਲੇ ਸੇਬਾ ਬਾਵਾ ਨੂੰ ਯਾਦ ਕਰਦੇ ਆ ਭੋਜਨ ਨੂੰ ਦ੍ਰਿਸ਼ਟੀ ਦਿੰਨੇ ਆ और उस तो बाद फिर उसबा दाद च र करके भोजन कर दे तो वो तो भोजन जी वो बहुत मदद करेगा जी भाजी भाजी योग बाप की पूरी करंट किन बच्चों मिल सकती बहुत ज़्यादा याद कर दे या बहुत ज़्यादा पुरसार्थ कर दे या धारणा या सेवा इन सब चीज़ों से रेंदे सहज राज योग okay. सहज सहज दा मतलब ਹੁੰਦਾ ਹੀ ਸੁਭਾਵਿਕ ਨੇਚਰਲ ਯਾਦ 바ਬਾ ਦੀ ਬੜੀ ਨੇਚਰਲ ਚਾਹੀਦੀ ਹੈ। ਔਰ ਉਹਦੇ ਚ ਕੋਈ ਹੋਰ ਕੁਝ ਨਹੀਂ ਕਰਨਾ ਹੈ। ਸਿਰਫ ਮਨ ਨੂੰ ਉਸ ਬਿੰਦੂ ਤੇ ਟਿਕਾਉਣਾ ਹੈ। ਸਿਰ ਬਾਬਾ ਦੇ ਸਰੂਪ ਤੇ ਟਿਕਾਉਣਾ ਹੈ। ਔਰ ਸਵੈਮ ਨੂੰ ਵੀ ਉਸ ਵੇਲੇ ਇਹੀ ਮਹਿਸੂਸ ਕਰਨਾ ਹੈ ਮੈਂ ਵੀ ਜੋਤੀ ਸਰੂਪ ਬਿੰਦੀ ਬਿੰਦੂ ਸਰੂਪ ਆਤਮਾ ਹੈ ਗਈ ਜਦੋਂ ਤੁਸੀਂ ਇੱਕ ਟਿਕ ਹੋ ਕਰਕੇ ਇਸ ਖਿਆਲ ਨਾਲ ਬੈਠਣ ਗਿਓ ਤੇ ਫਿਰ ਦੇਖੋ ਕਿੰਨੀ ਤੁਹਾਨੂੰ ਸ਼ਕਤੀ ਮਿਲ ਜਾਂਦੀ ਹੈ ਇਹ ਮਹਿਸੂਸ ਕਿਦਾਂ ਹੋ ਸਕਦਾ ਉਹਦੀ ਰਿਜ਼ਲਟ ਤੋਂ ਹੀ ਪਤਾ ਲੱਗਦਾ ਹੈ ਨਾ ਉਹਦੇ ਉਹਦੀ ਰਿਜ਼ਲਟ ਇਹ ਹੈ ਕਿ ਇਨਰ ਕਾਮ ਜਿਹਨੂੰ ਕਹਿੰਦੇ ਅੰਦਰ ਦੀ ਸ਼ਾਂਤੀ ਉਹ ਤੁਹਾਨੂੰ ਮਹਿਸੂਸ ਹੋਏਗੀ ਪਹਿਲੀ ਗੱਲ ਦੂਸਰੀ ਤੁਹਾਡੇ ਜਿਹੜੇ ਵਿਚਾਰ ਹੈ ਉਹ ਬਹੁਤ ਹੀ ਪਵਿੱਤਰ ਬਣ ਜਾਣਗੇ ਉਹ ਪਰਿਵਰਤਨ ਹੈ ਇੱਕ ਪ੍ਰਕਾਰ ਦਾ ਇਸ ਯਾਦ ਦੇ ਫਲ ਸਰੂਪ ਔਰ ਤੀਸਰਾ ਹੈ ਕਿ ਜਦੋਂ ਤੁਸੀਂ ਯਾਦ ਚ ਰਹਿ ਕਰਕੇ ਕਿਸੇ ਨੂੰ ਦੇਖਣ ਗਿਆ ਤੇ ਤੁਹਾਨੂੰ ਦੇਖਦੇ ਦੇਖਦੇ ਦੂਸਰਾ ਵਿਅਕਤੀ ਮਹਿਸੂਸ ਕਰੇਗਾ ਇਹ ਤੇ ਕੋਈ ਆਰਡੀਨਰੀ ਵਿਅਕਤੀ ਨਹੀਂ ਹੈ ਇਹ ਤੇ ਕੋਈ ਦੇਵੀ ਹੈ ਜਾਂ ਕੋਈ ਦੇਵਤਾ ਹੈ ਜਿਸ ਤਰ੍ਹਾਂ ਕਿਸੇ ਨੂੰ ਸਾਕਸ਼ਾਤ ਕਰ ਵੀ ਕਿਸੇ ਨਾ ਕਿਸੇ ਦੇਵੀ ਦੇਵਤਾ ਦਾ ਹੋ ਸਕਦਾ ਹੈ ਲੇਕਿਨ ਤੁਹਾਡਾ ਆਪਣਾ ਮਨ ਜਿਹੜਾ ਉਹ ਬਿਲਕੁਲ ਮਨਮਨਾ ਭਵ ਦੀ ਸਥਿਤੀ ਚ ਰਹਿਣਾ ਚਾਹੀਦਾ ਜੀ ਭਾਜੀ ਅੱਜ ਦਾ ਸਮੇ ਸਾਡਾ ਇਹੀ ਹੈ ਲੇਕਿਨ ਲਾਸਟ ਮੈਂ ਬੋਲਣਾ ਚਾਹੰਦੀ ਪੁੱਛਣਾ ਚਾਹੰਦੀ ਜਿਹੜੇ ਛੋਟੇ ਬੱਚੇ ਹੈ ਇਸ ਸਮੇ ਉਹਨਾਂ ਨੂੰ 1 ਸਾਲ ਹੋ ਗਿਆ 1 ਸਾਲ ਹੋਣੇ ਨੂੰ ਆ ਗਿਆ ਕਿ ਇਹ ਕਰੋਨਾ ਦੇ ਚੱਕਰ ਉਹਨਾਂ ਦੀ ਪੜ੍ਹਾਈ ਨਹੀਂ ਹੋਈ ਤਾਂ ਉਹ ਕਿਸ ਤਰ੍ਹਾਂ ਘਰ ਬੈਠ ਕੇ ਪੜ੍ਹਾਈ ਕਰ ਦੇ ਨਾਲ ਭਗਵਾਨ ਨੂੰ ਯਾਦ ਕਰੇ ਤੇ ਆਪਣੀ ਪੜ੍ਹਾਈ ਨੂੰ ਪੂਰਾ ਫੋਕਸ ਕਿਦਾਂ ਕਰੀਏ ਉਹ ਉਹਨਾਂ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਬੱਚਾ ਵਾਸਤੇ ਤੇ ਹੈ ਹੀ ਬੜਾ ਸਹਿਜ 바ਵਾ ਨੂੰ ਪਹਿਲੇ ਥੋੜਾ ਜਿਆ ਯਾਦ ਕਰ ਲੈਣ ਸੇ 바ਵਾ ਅਸੀਂ ਹੁਣ ਪੜਾਈ ਪੜਨ ਵਾਸਤੇ ਬੈਠੇ ਆਂ ਤੇ ਤੁਸੀਂ ਜਿੰਨਾ ਹੋ ਸਕੇ ਸਾਡਾ ਖਿਆਲ ਰੱਖਣਾ ਬਸ ਤੇ ਦੇਖੋ ਫਿਰ 바ਵਾ ਕਿਸ ਤਰ੍ਹਾਂ ਬੱਚਿਆਂ ਦਾ ਖਿਆਲ ਰੱਖਦਾ ਹੀ ਪੜਾਈ ਤੇ ਪੂਰਾ ਮਨ ਲੱਗ ਜਾਏਗਾ ਜਿੰਨੇ ਸਵਾਲ ਜਵਾਬ ਹੋਣਗੇ ਸਾਰਿਆਂ ਚ ਬਹੁਤ ਅੱਛੇ ਅੱਛੀ ਤੁਹਾਨੂੰ ਮਾਰਕਸ ਮਿਲਨੀ ਸ਼ੁਰੂ ਹੋ ਜਾਏਗੀ ਕਾਰਨ ਕੀ ਹੈ ਕਿ ਤੁਹਾਡਾ ਮਨ ਟਿਕਣਾ ਚਾਹੀਦਾ ਹੈ ਆਪਣੀ ਪੜਾਈ ਚ ਅਗਰ ਮਨ ਲੱਗਦਾ ਹੀ ਨਹੀਂ ਹੈ ਪੜਾਈ ਚ ਤੇ ਫਿਰ ਤੁਸੀਂ ਜਦੋਂ ਐਗਜ਼ਾਮ ਦੇਣ ਗਿਓ ਤੇ ਉਸ ਵੇਲੇ ਤੁਹਾਨੂੰ ਮੁਸ਼ਕਿਲ ਆ ਜਾਏਗੀ ਇਸ ਕਰਕੇ ਬੜਾ ਲਾਈਟ ਹੋ ਕਰਕੇ ਆਤਮਾ ਲਾਈਟ સ્વરૂਪ ਹੈ ਆਪਣੇ ਮਨ ਨੂੰ ਵੀ ਬੜਾ ਲਾਈਟ ਕਰਕੇ ਔਰ ਬਾਬਾ ਨੂੰ ਕਹਿ ਕਰਕੇ ਬਾਬਾ ਆਓ ਮੈਂ ਹੁਣ ਪੜ੍ਹਨਾ ਚਾਹੁੰਦਾ ਨਹੀਂ ਮੈਂ ਹੁਣ ਇਮਤਿਹਾਨ ਦੇਣਾ ਚਾਹੁੰਦਾ ਹਾਂ ਐਗਜ਼ਾਮੀਨੇਸ਼ਨ ਹੈ ਔਰ ਇਹਨਾਂ ਕਹਿ ਕਰਕੇ ਫਿਰ ਬਾਬਾ ਦੀ ਯਾਤ ਚ ਬੈਠ ਕੇ ਆਪਣੇ ਜੋ ਵੀ ਪੜਨ ਦਾ ਕੰਮ ਹੈ ਲਿਖਣ ਦਾ ਕੰਮ ਹੈ ਔਰ ਇਮਤਿਹਾਨ ਚ ਜੋ ਸਵਾਲ ਹੈ ਉਹਨਾਂ ਦੇ ਜਵਾਬ ਲਿਖਣ ਦਾ ਕੰਮ ਹੈ ਉਹ ਤੁਸੀਂ ਕਰਨਗੇ ਉਹ ਤੇ ਤੁਹਾਨੂੰ ਬਿਲਕੁਲ ਸਹਿਜ ਲੱਗੇਗਾ ਔਰ ਸੋ ਅੱਜਕਲ ਤੇ ਦੇਖੋ 100 ਤੋਂ 100% ਲੈ ਰਹੇ ਨੇ ਲੋਕ ਤੇ ਤੁਸੀਂ ਵੀ ਲੈ ਸਕਦੇ ਹੋ ਸਿਰਫ ਇਤਨਾ ਹੀ ਹੈ ਕਿ ਜਿਸ ਤਰ੍ਹਾਂ ਰੋਜ਼ ਸਾਨੂੰ ਨੀਂਦ ਚਾਹੀਦੀ ਹੈ ਜਿਸ ਤਰ੍ਹਾਂ ਰੋਜ਼ ਸਨਾਨ ਪਾਣੀ ਕਰਨਾ ਜ਼ਰੂਰੀ ਹੈ ਜਿਸ ਤਰ੍ਹਾਂ ਸਾਨੂੰ ਭੋਜਨ ਦੀ ਬੜੀ ਜ਼ਰੂਰਤ ਹੈ ਨਾਸ਼ਤਾ ਭੋਜਨ ਸਨੈਕਸ ਵੀ ਕਦੇ ਲੈਂਦੇ ਨੇ ਤੇ ਉਹ ਜਿਸ ਤਰ੍ਹਾਂ ਉਹ ਜ਼ਰੂਰੀ ਚੀਜ਼ਾਂ ਹੈ ਗਈਆਂ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਖਾਸ ਕਰ ਇਹ ਸੋਚਣਾ ਪਏਗਾ ਕਿ ਸਾਡਾ ਜਿਹੜਾ ਭਵਿੱਖ ਹੈ ਅਸੀਂ ਜਦੋਂ ਵੱਡੇ ਹੋਵਾਂਗੇ ਤੇ ਉਸ ਵੇਲੇ ਅਸੀਂ ਅੱਛੀ ਜੀਵਨ ਜੀ ਸਕੀਏ ਜੇ ਤੇ ਚ ਸਾਡੀ ਬੁੱਧੀ ਵੀ ਬੜੀ ਸਾਫ਼ ਹੋਏ এডਿਕੇਸ਼ਨ ਦੇ ਸਾਹਮਣ ਨਾਲ ਖੂ ਬਰਪੂਰ ਹੋਏ ਔਰ ਉਹਦੇ ਨਾਲ ਨਾਲ ਜੋ ਨੈਤਿਕ ਮੁੱਲ ਹੈਗੇ ਆ ਜੋ ਕੈਰੈਕਟਰ ਵਾਸਤੇ ਜਿਹੜੀਆਂ ਗੱਲਾਂ ਆਉਂਦੀਆਂ ਹੀ ਉਹ ਸਾਡੇ ਜੀਵਨ ਚ ਪ੍ਰੈਕਟੀਕਲ ਚ ਬਹੁਤ ਅੱਛੀਆਂ ਚਾਹੀਦੀਆਂ ਹੈ ਤਾਂ ਤੁਸੀਂ ਇੱਕ ਪ੍ਰਕਾਰ ਨਾਲ ਸੰਪੂਰਨ ਆਪਣੀ ਉન્નਤੀ ਕਰ ਸਕਦੇ ਹੋ ਸਾਰ ਭੌਮਿਕ ਉન્નਤੀ ਜਿਹਨੂੰ ਕਹਿੰਦੇ ਆ ਆਲ ਰਾਉਂਡ ਹਰ ਤਰ੍ਹਾਂ ਨਾਲ ਤੇ ਪੜਾਈ ਦੇ ਨਾਲ ਨਾਲ ਥੋੜੀ ਖੇਲ ਕੁੱਦ ਵੀ ਚਾਹੀਦੀ ਹੈ ਔਰ ਆਊਟਸਾਈਡ ਕੀ ਕਹਿੰਦੇ ਇਹਨੂੰ ਆ ਆਊਟਡੋਰ ਗੇਮਸ ਵੀ ਖੇਡਣੀਆਂ ਚਾਹੀਦੀਆਂ ਔਰ ਇਨਡੋਰ ਗੇਮਸ ਵੀ ਖੇਡ ਸਕਦੇ ਹੋ ਦੋਨੋਂ ਚਾਹੀਦੀ ਉਹਦੇ ਨਾਲ ਤੁਸੀਂ ਦੇਖਣਗੇ ਕਿਤਨਾ ਤੁਹਾਨੂੰ ਰਿਲੈਕਸੇਸ਼ਨ ਵੀ ਮਿਲਦੀ ਹੈ ਵਰਜ਼ਿਸ਼ ਵੀ ਮਿਲਦੀ ਦੋਨੋਂ ਚੀਜ਼ਾਂ ਹੋ ਜਾਂਦੀ ਹੈ ਜੀ ਭਾਜੀ ਤੇ ਨਾਲੇ ਜਿਹੜੇ ਬੱਚਾ ਉਪਰ ਡਿਪਰੈਸ਼ਨ ਹੁੰਦਾ ਪੜ੍ਹਾਈ ਵਾਸਤੇ ਕਿ ਨਹੀਂ 15 20 60 नहीं, 70 नहीं, 90 100% ਹੀ ਲੈਣੇ ਉਹ ਪੇਰੈਂਟਸਾਂ ਉੱਪਰ ਹੁੰਦਾ ਆ ਜਾਂ ਫਿਰ ਟੀਚਰ ਉੱਪਰ ਹੁੰਦਾ ਤਾਂ ਪੇਰੈਂਟਸਾਂ ਵਾਸਤੇ ਕੀ ਬੋਲ ਸਕਦੇ ਤੁਸੀਂ ਪੇਰੈਂਟਸ ਨੂੰ ਤੁਸੀਂ ਇੱਕੀ ਗੱਲ ਦਾ ਖਿਆਲ ਰੱਖਣਾ ਹੈ ਕਿ ਬੱਚੇ ਦੇ ਉੱਪਰ ਤੁਸੀਂ ਹਾਵੀ ਹੋ ਕਰਕੇ ਉਹਨੂੰ ਤੁਸੀਂ ਘੜੀ-ਘੜੀ ਜ਼ੋਰ ਨਾ ਦਿਓ ਬੱਚੇ ਪੜ੍ਹ ਬੈਠ ਨਹੀਂ ਬੱਚੇ ਨੂੰ ਪਿਆਰ ਨਾਲ ਕਹੀਦਾ ਬੱਚੇ ਹੁਣ ਤੁਹਾਡਾ ਪੜ੍ਹਨ ਦਾ ਟਾਈਮ ਹੈ ਆਰਾਮ ਨਾਲ ਪੜੋ ਹੁਣ ਤੁਹਾਡਾ ਖੇਡਣ ਦਾ ਟਾਈਮ ਹੈ ਜਾਓ ਖੇਡੋ ਹੁਣ ਭੋਜਨ ਦਾ ਟਾਈਮ ਹੈ ਆਰਾਮ ਨਾਲ ਭੋਜਨ ਕਰੋ ਹੁਣ ਤੁਹਾਡਾ ਸੌਣ ਦਾ ਟਾਈਮ ਹੈ ਨਿਸ਼ਚਿੰਤ ਹੋ ਕੇ ਸੋ ਜਾਓ ਮਤਲਬ ਦਿਨਚਰਿਆ ਨੂੰ ਪੇਰੈਂਟਸ ਜਿਹੜੇ ਹੀ ਉਹ ਧਿਆਨ ਦੇਣ ਅਗਰ ਤੁਸੀਂ ਬੱਚੇ ਨੂੰ ਪ੍ਰੈਸ਼ਰ ਡਾਲਣ ਗਿਓ ਕਿ ਤੂੰ ਪੜ ਬੈਠ ਤੇ ਫਿਰ ਉਹ ਬੱਚਾ ਵੀ ਘਬਰਾ ਜਾਂਦਾ ਈ ਡਰ ਜਾਂਦਾ ਈ ਔਰ ਫਿਰ ਉਹਦਾ ਅਸਰ ਮਨ ਤੇ ਹੁੰਦਾ ਈ ਉਹ ਕੁਝ ਕਹਿ ਨਹੀਂ ਸਕਦਾ ਕਿਉਂਕਿ ਤੁਸੀਂ ਵੱਡੇ ਹੋ ਪੇਰੈਂਟਸ ਤੇ ਵੱਡੇ ਹੀ ਹੈਗੇ ਨਾ ਤੇ ਵੱਡਿਆਂ ਦੇ ਅੱਗੇ ਜ਼ਿਆਦਾ ਕੁਝ ਬੱਚੇ ਨਹੀਂ ਕਹਿ ਸਕਦੇ ਰਿਸਕ ਕਰਕੇ ਉਹ ਫਿਰ ਉਹਦਾ ਅਸਰ ਇਹ ਹੁੰਦਾ ਏ ਕਿ ਜਦੋਂ ਕੋਈ ਚੀਜ਼ ਅੰਦਰ ਹੀ ਅੰਦਰ ਅੰਦਰ ਹੀ ਅੰਦਰ ਰੱਖਦੇ ਨੇ ਔਰ ਉਹ ਮਨ ਖੁਸ਼ ਨਹੀਂ ਰਹਿਣ ਦਿੰਦੀ ਤੇ ਉਹਦੀ ਰਿਜ਼ਲਟ ਮਿਲਦੀ ਏ ਫਿਰ ਡਿਪਰੈਸ਼ਨ ਹੋ ਜਾਂਦੀ ਹੈ ਪਹਿਲੇ ਟੈਨਸ਼ਨ ਹੁੰਦੀ ਹੈ ਟੈਨਸ਼ਨ ਤੋਂ ਬਾਅਦ ਡਿਪਰੈਸ਼ਨ ਹੁੰਦੀ ਹੈ ਤੇ ਨਾ ਉਹ ਬੱਚਿਆਂ ਨੂੰ ਟੈਨਸ਼ਨ ਦੇਣੀ ਹੈ ਔਰ ਨਾਓ ਐਸਟੇ ਤੈਨ ਜਾਣ ਕੇ ਉਹ ਡਿਪਰੈਸ਼ਨ ਚ ਜਾਣ ਫਿਰ ਤੁਸੀਂ ਡਾਕਟਰਾਂ ਦੇ ਕੋਲ ਉਹਨਾਂ ਨੂੰ ਲੈ ਕਰਕੇ ਚੱਕਰ ਲਗਾਓ ਔਰ ਉਹਦੇ ਉੱਪਰ ਦਵਾਈਆਂ ਤੇ ਖਰਚ ਕਰੋ ਇਹਦੀ ਬਜਾਏ ਕਿਉਂ ਨਹੀਂ ਤੁਸੀਂ ਬੱਚਾ ਨੂੰ ਅੱਛਾ ਅੱਛਾ ਕੋਈ ਨਾ ਕੋਈ ਫਲ ਫਰੂਟ ਲਾ ਕਰਕੇ ਦਿਓ ਉਹਨੂੰ ਮਿਠਾਈ-ਮਿਠਾਈ ਬਣਾ ਕਰਕੇ ਘਰ ਚ ਅੱਛੀ ਬਣਾ ਖਿਲਾਓ ਭੋਜਨ ਬਹੁਤ ਪਿਆਰ ਵਰ ਪਿਆਰ ਨਾਲ ਬਣਾ ਕਰਕੇ ਉਹਨੂੰ ਖਿਲਾਓ बच्चे खुश रहेंगे ਤੇ پڑھਣਗੇ ਵੀ ਅੱਛਾ ਔਰ ਮਾਰਕਸ ਵੀ ਅੱਛੇ ਲਿਆਉਣਗੇ ਔਰ ਜੋ ਜਿੰਨਾ ਲੈ ਉਹਦੇ ਚ ਖੁਸ਼ ਰਹਿਣਾ ਕਦੀ ਜ਼ਿਆਦਾ ਚਿੰਤਾ ਚ ਨਹੀਂ ਪੈਣਾ ਉਹ ਹੋਏ ਦੇ 99% ਹੀ ਆਉਣੇ ਚਾਹੀਦੇ ਆ ਇਹ ਥੋੜਾ ਜਿਹਾ ਅੱਜਕਲ ਜ਼ਿਆਦਾ ਹੀ ਕੰਪੀਟੀਸ਼ਨ ਹੋ ਗਿਆ ਹੋਇਆ ਤੇ ਅਸੀਂ ਕਹਿੰਦੇ 66% ਤੋਂ ਉੱਪਰ ਮਾਰਕਸ ਲੈ ਲੈ ਮਨਾਫਸ ਡਿਵੀਜ਼ਨ ਆ ਗਈ ਤੇ ਬਹੁਤ ਹੋ ਗਿਆ ਬਸ ਚਿੰਤਾ ਛੱਡ ਦਿਓ ਬਾਕੀ ਫਿਰ ਦੇਖੋ ਕਿਤਨਾ ਮੌਜ ਚ ਰਹਿਣਗੇ ਬੱਚੇ ਵੀ ਔਰ ਕਿਤਨੇ ਸੁਖੀ ਰਹਿਣਗੇ ਤੁਸੀਂ ਪੇਰੈਂਟਸ ਵੀ ਜੀ ਪਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੱਚਿਆਂ ਵਾਸਤੇ ਤੇ ਨਾਰੇ ਪੇਰੈਂਟਸ ਆ ਵਾਸਤੇ ਬਹੁਤ ਅੱਛਾ ਮੈਸੇਜ ਦਿੱਤਾ ਅੱਜ ਕੱਲ ਇਹ ਮੈਸੇਜ ਦੀ ਬਹੁਤ ਜ਼ਰੂਰਤ ਹੈ ਤੁਸੀਂ ਸਤਿਗੁਰੂ ਕਰਤਾ ਪ੍ਰਕਾਸ਼ ਸਾਡੇ ਪ੍ਰਸ਼ਨੋ ਦਾ ਹੱਲ ਦਿੰਦੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਸਭ ਜੋ ਵੀ ਵਾਈਪ ਐਂਡ ਇਹ ਪ੍ਰੋਗਰਾਮ ਦੇਖਦੇ ਨੇ ਉਹਨਾਂ ਨੂੰ ਮੇਰੀ ਤਰਫੋਂ ਬਹੁਤ ਹੀ ਬਹੁਤ ਈਸ਼ਵਰੀ ਯਾਦ ਪਿਆਰ ਸਵੀਕਾਰ ਹੋਏ ਓਮ ਸ਼ਾਂਤੀ